मैं हूं तारक चौधरी मजीद अच्छी अच्छी वीडियोस के लिए हमारे चैनल को सब्सक्राइब कीजिए और बर वक्त मलूम के लिए बेल लाइकन प्रेस कीजिए बसमन रही दोस्तों आज एक फार्म के ऊपर आया हूँ ये दोस्त है मेरे और इन्होंने अभी रिसेंटली ये इसको स्टार्ट किया है और इन भी बात करते हैं और पूछते हैं कि कैसा एक्सपीरियंस रहा है इन्होंने मेरे ख्याल एक दो साल हो गए इनको تو ابھی بات کرتے ہیں ان سے اور مزید معلومات جو ہے پھر وہ ہمیں ان سے ملے گی السلام علیکم راشد صاحب وعلیکم السلام ورحمۃ اللہ وبرکاتہ تو سناؤ سر کی حال چال نے الحمدللہ اللہ کی رحمت اچھا راشد صاحب ਤੁਸੀਂ بچیاں دا کام کر رہے ہو اور کٹیاں دا کر رہے ہو جی جی. گاییاں دا دودھ کیوں نہیں کر رہے جی میں ویسے شوق رکھتا سی کٹے بچے قربانی واسطے تیار کیتے جان لیکن انشاءاللہ ਆਈਂਦਾ ਤੋਂ ਹੋਇਆ ਲੇਕਿ ਇੱਕ ਸਾਲ ਬਸ ਮੈਨੂੰ 2 ਸਾਲ ਹੋਏ ਕੰਮ ਕਰਦੇ ਹੋਏ ਆਈਂਦਾ انشاءاللہ ਨਾਲ ਗਾਈਆਂ ਦਾ ਵੀ ਦੁੱਧ ਵਾਲਿਆਂ ਦਾ ਵੀ ਕੰਮ ਕਰਾਂਗੇ ਯਾਨੀ ਕਿ ਤੁਹਾਡਾ ਜ਼ੇਨ ਹੈ ਕਿ ਉਹ ਵੀ ਨਫਾ ਨਫੇ ਨਫੇ ਵਾਲਾ ਕੰਮ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪ੍ਰੋਫਿਟੇਬਲ ਕੰਮ ਅੱਛਾ ਤੇ ਬੱਕਰੀਆਂ ਦਾ ਕਾਰੋਬਾਰ ਜਿਹੜਾ ਉਹਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਮਾਸ਼ਾਅੱਲਾ ਬਹੁਤ ਜ਼ਿਆਦਾ ਜੀ ਮੈਂ ਬੱਕਰੀਆਂ ਦਾ ਵੀ ਬਹੁਤ ਸ਼ੌਕ ਰੱਖਦਾ ਹਾਂ ਸਿਰਫ ਫਿਲਹਾਲ ਸਾਨੂੰ ਹਲੇ ਜਗ੍ਹਾ ਦੀ ਪ੍ਰੋਬਲਮ ਹੈ ਜਗ੍ਹਾ ਬਹੁਤ ਕਮ ਹੈ ਜਿਹਦੀ ਵਜ੍ਹਾ ਨਾਲ ਮੈਂ ਹਲੇ ਨਹੀਂ انشاءاللہ ਆਈਂਦਾ ਸਾਲ ਤੋਂ ਆਪਾਂ ਜਗ੍ਹਾ ਵੀ ਵੱਡੀ ਖੁੱਲੀ ਲੈ ਲਈਏ ਉਹਦੇ ਔਰ ਕਟੇ ਹਨ ਬੱਚਿਆਂ ਦਾ ਦੁੱਧ ਲਈ ਗਾਈਆਂ ਦਾ ਟੋਟਲੀ ਇਨਸ਼ਾਅੱਲਾ ਰੱਖਾਂਦੇ ਜੀ ਅੱਛਾ ਤੇ ਤੁਸੀਂ ਸਾਊਦੀਆ ਅਰਬ ਵੀ ਰਹਿ ਕੇ ਆਏ ਹੋ ਤੇ ਮੈਨੂੰ ਲੱਗਦਾ ਬਦਵਾਨ ਤੁਹਾਨੂੰ ਬਹੁਤ ਤੰਗ ਕੀਤਾ ਵਾਹ ਜੀ ਤੰਗ ਵੀ ਕੀਤਾ ਲੇਕਿਨ ਕੁਝ ਹਾਲਾਤ ਸਾਥ ਨਹੀਂ ਦਿੱਤੇ ਮੇਰਾ ਅਲਹਮਦੁਲਿਲਾਹ ਦੀ ਰਹਿਮਤ ਨਾਲ ਉੱਥੇ ਵੀ ਕੰਮ ਕਰ ਰਿਹਾ ਬਹੁਤ ਅੱਛਾ ਸੀ ਅਲੂਮਿਨੀਅਮ ਦੀ ਸ਼ਾਪ ਸੀ ਲੇਕਿਨ ਹੁਣ ਤੇ ਹਾਲਾਤ ਹੀ ਇੰਨੇ ਭੜੇ ਹੋ ਗਏ ਸੀ ਇਹਦੀ ਵਜ੍ਹਾ ਨਾਲ ਛੱਡ ਕੇ ਆਉਣਾ ਪੈ ਗਿਆ لیکن ਹੁਣ ਅਲhamdulillah ਮੈਂ ਆਕੇ ਫੇਰਾ ਇੱਥੇ ਐਲੂਮੀਨੀਅਮ ਦਾ ਕੰਮ ਨਹੀਂ ਕੀਤਾ ਸਾਡਾ ਸ਼ਹਿਰ ਛੋਟਾ ਹਾਸਲਪੁਰ ਇੰਨਾ ਵੱਡਾ ਸ਼ਹਿਰ ਨਹੀਂ ਜਿਹਦੀ ਵਜ੍ਹਾ ਨਾਲ ਇੱਥੇ ਇੰਨੀ ਕਾਮਯਾਬੀ ਨਹੀਂ ਐਲੂਮੀਨੀਅਮ ਦੇ ਕੰਮ ਦੇ ਵਿੱਚ ਕੰਮ ਦੇ ਵਿੱਚ ਹੁਣ ਇੱਥੇ ਆਪਣੇ ਇਲਾਕੇ ਦੇ ਹਿਸਾਬ ਨਾਲ ਯਾਨੀ ਕਿ ਜਾਨਵਰਾਂ ਦਾ ਕੰਮ ਨੂੰ ਮੈਂ ਸ਼ੁਰੂ ਕੀਤਾ ਲੇਕਿਨ ਅਲhamdulillah ਬਹੁਤ ਮਜ਼ਾ ਆ ਰਿਹਾ ਮੈਨੂੰ ਕੰਮ ਦੇ ਵਿੱਚ ਤੇ ਥੋੜੀਆਂ-ਬਹੁਤ ਤੰਗੀਆਂ ਪਰੇਸ਼ਾਨੀਆਂ ਹੈਵ ਲੇਕਿਨ ਇਨਸ਼ਾਅੱਲਾ 1-2 ਸਾਲ ਦੇ ਵਿੱਚ ਮੇਰੀਆਂ ਪਰੇਸ਼ਾਨੀਆਂ ਦੀ ਦੂਰ ਹੋ ਜਾਣਗੀਆਂ ਹੁਣ ਤੁਸੀਂ ਇਸ ਕੰਮ ਤੋਂ ਮਤਮੈਨ ਹੋ ਅਲਹਮਦੁਲਿਲਾ 95% ਮੁਤਮਨ ਹਾਂ ਜੀ ਫਿਲਹਾਲ ਠੀਕ ਚਲੋ ਸਾਨੂੰ ਜ਼ਰਾ ਆਪਾਂ ਵੱਛੇ ਦੇਖਦੇ ਆਂ ਤੇ ਵੱਛੇ ਦੇ ਬਾਰੇ ਜੀ ਥੋੜਾ ਜਿਹਾ ਦੱਸੋ ਆ ਜਾਓ ਇਹਦੇ ਲਈ ਸਾਈਡ ਤੇ ਆ ਅੱਛਾ ਤੇ ਇਹ ਨਾ ਕਿੰਨੀ ਉਮਰ ਹੈ ਇਸ ਵੱਛੇ ਦੀ ਇਸ ਵੱਛੇ ਦੀ ਜੀ ਮਾਸ਼ਾਅੱਲਾ ਮੂੰਹ ਕੈਮਰੇ ਨੂੰ ਕਰੋ ਹਾਂ ਜੀ ਮਾਸ਼ਾਅੱਲਾ ਇਸ ਵੱਛੇ ਦੀ 2 ਸਾਲ ਉਮਰ ਹੋ ਗਈ ਹੈ ਅੱਛਾ ਤੇ ਤਕਰੀਬਨ 5-6 ਮਹੀਨੇ ਤੱਕ ਇਹ 2.5 ਸਾਲ ਪੂਰੀ ਹੋ ਜਾਏਗੀ ਇਸ ਤੋਂ ਪਹਿਲੇ ਪਹਿਲੇ ਠੀਕ ਹੋ ਗਿਆ ਇਹ ਤਾਂ ਪਹਿਲੇ ਪਹਿਲੇ ਪੂਰੀ ਹੋ ਜਾਏਗੀ ਤੇ ਇਹ ਤੁਸੀਂ ਨਾ ਇਸ ਕਿੰਨੇ ਲੈਕ ਨੇ ਕਿੰਨੇ ਦੇ ਨੇ ਬੱਚੇ ਸਾਰੇ ਸਾਡੇ ਇਹਨਾਂ ਦੇ ਸਾਰੇ 40 ਤੋਂ 45 ਦੀ ਐਵਰੇਜ ਹੈਗੀ ਹੈ ਕੋਈ 42 ਦਾ ਕੋਈ 40 ਦਾ ਕੋਈ 45 ਇਸ ਤਰ੍ਹਾਂ ਹੈ ਵੰਡਾ ਵੀ ਖਿਲਾ ਰਹੇ ਉਹਨਾਂ ਨੇ ਹਾਂਜੀ ਵੰਡਾ ਮੈਂ ਸ਼ੁਰੂ ਕੀਤਾ ਹੋਇਆ ਵੰਡਾ ਇਹ ਦੀ ਪਹਿਲੇ ਜੋ ਸਟਾਰਟ ਚ ਲੈ ਸੀ ਬਿਲਕੁਲ ਕਮਜ਼ੋਰੀ ਸੀਗੇ ਇੰਨੇ ਕੋਈ ਜ਼ਿਆਦਾ ਨਹੀਂ ਸੀ ਅਲhamdulillah 2 ਮਹੀਨੇ ਦੇ ਵਿੱਚ ਵਿੱਚ ਸ਼ੁਕਰ ਹੈ ਦੇਖ ਲਓ ਕਿੰਨਾ ਅੱਛਾ ਹੋ ਗਿਆ ਹੁਣ ਕਿੰਨੇ ਇਹਦੀ ਪ੍ਰਾਈਜ਼ ਹੋਏਗੀ ਇੱਕ ਬੱਚੇ ਦੀ ਹੂੰ ਇਹ ਕਮ ਤੋਂ ਕਮ ਵੀ ਲਾਈਏ ਤੇ 50 ਦੀ ਐਵਰੇਜ ਤਾਂ ਹੈ ਪਿਆ ہزار ਦੇ 55 ਦੇ ਇਹਨਾਂ ਕ ਤੇ ਖਰਚਾ ਵੀ ਹੋ ਗਿਆ ਹੁਣ ਇਹਨਾਂ ਕ ਤਾਂ ਖਾ ਪੀ ਗਏ ਹੁਣ ਹਾਂਜੀ ਫਿਲਹਾਲ ਹਲੇ ਮੈਨੂੰ ਕਮੀਆਂ ਪੇਸ਼ੀਆਂ ਸੀ ਨਾ ਜਿਹਦੀ ਵਜ੍ਹਾ ਨਾਲ ਮੈਨੂੰ ਹਲੇ ਯਾਨੀ ਕਿ ਕੋਈ ਫੀਡ ਵਗੈਰਾ ਪਹਿਲੇ ਸਟਾਰਟ ਚ ਨਹੀਂ ਸ਼ੁਰੂ ਕੀਤੀ ਲੇਕਿਨ ਅਲਹਮਦੁਲਿਲਾ ਇਹਨਾਂ ਨੇ ਖਾਦਾ ਕੋਈ ਬਚਤ ਹੈ ਹਜੇ ਵੀ ਵੇਚੀ ਤੇ ਬਚਤ ਹੈ ਗਈ ਹੈ ਆਪਾਂ ਤੇ ਕੁਰਬਾਨੀ ਤੇ ਵੇਚਨੇ ਆਂ ਇਨਸ਼ਾਅੱਲਾ ਤੇ ਕੁਰਬਾਨੀ ਤੱਕ ਤੁਹਾਡਾ ਅੰਦਾਜ਼ਾ ਹੈ ਕਿੱਥੇ ਇਹਨਾਂ ਦਾ ਰੇਟ ਜਿਹੜਾ ਨਾ ਇੱਕ ਅੰਦਾਜ਼ਾ ਯਾਨੀ ਕਿ ਜਿਹੜਾ ਅਲਟੀਮੇਟ ਜਿਹੜਾ ਮਾਰਕੀਟ ਦਾ ਰੇਟ ਆ ਉਹ ਕਿੰਨਾ ਕ ਇਹਨਾਂ ਦਾ ਬਣ ਸਕਦਾ ਇਹਦਾ ਸਰ ਮੈਨੂੰ ਆਪਣੇ ਜ਼ਿਹ ਦੇ 90 ਤੋਂ ਲੱਖ ਦੇ ਵਿੱਚ ਇਨਸ਼ਾਅੱਲਾ ਨਿਕਲੇਗੇ ਬਾਕੀ ਕੁਝ ਜ਼ਿਆਦਾ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਤੇ ਤੁਸੀਂ ਇਸੇ ਮੰਡੀ ਦੇ ਵਿੱਚ ਦਿਲਚਸਪੀ ਲੈਂਦੇ ਹੋ ਜਾਂ ਲਾਹੌਰ ਕਰਾਚੀ ਵਗੈਰਾ ਕਿਸੇ ਵੱਡੇ ਸ਼ਹਿਰ ਦਾ ਰੋਕ ਕਰੋਗੇ ਹਲੇ ਮੈਂ ਬਿਲਕੁਲ ਨਵਾਂ ਬੰਦਾ ਯਾਨੀ ਇੱਕ ਦੋ ਸਾਲ ਚੀ ਹੈ ਲੇਕਿਨ ਇਨਸ਼ਾਅੱਲਾ ਆਇੰਦਾ ਸਾਲ ਤੋਂ ਮੈਂ ਕੋਈ ਹੋਰ ਮੰਡੀਆਂ ਵੀ ਘੁੰਮਾਂਗੇ ਹਲੇ ਫਿਲਹਾਲ ਬੁੱਧ ਮੰਡੀ ਤੋਂ ਜਿੰਨਾ ਮਾਲ ਲਿਆ ਵਾ ਕਿਤੇ ਹੋਰ ਨਹੀਂ ਗਿਆ ਜ਼ਿਲ੍ਹਾ ਵਿਹਾੜੀ ਲੁੱਡਣ ਚੋਂ ਹਾਂਜੀ ਹਾਂਜੀ ਲੁੱਡਣ ਮੰਡੀ ਤੋਂ ਤੇ ਇਹ ਤਿੰਨ ਹੀ ਬੱਛੇ ਆ ਤੇ ਬਾਕੀ ਆ ਕੱਟੇ ਨੇ ਹਾਂਜੀ ਚਾਰ ਕੱਟੇ ਇਹ ਤੇ ਤਿੰਨ ਬੱਛੇ ਇੱਕ ਗਾਈ ਦੋ ਦੋ ਵਾਸਤੇ ਆਪਣੀ ਠੀਕ ਹੋ ਗਿਆ ਤੇ ਗਾਈ ਇਹ ਗਾਈ ਕਿਹੜੀ ਹੈ ਗਾਈ ਜੀ ਸਾਈਵਾਲਾ ਆਪਣੇ ਸਾਈਵਲ ਕਰਾਸ ਇਹਨੂੰ ਕਿਹਾ ਜਾਂਦਾ ਵਲੈਤੀ ਕਰਾਸ ਵਲੈਤੀ ਕਰਾਸ ਹਾਂਜੀ ਵਲੈਤੀ ਕਰਾਸ ਗਾਈਆਂ ਤੇ ਉਮਰ ਕਿੰਨੀ ਕਹਸ ਗਾਈ ਦੀ ਉਮਰ ਸਾਰੇ ਦੀ ਤਕਰੀਬਨ 2.5 ਸਾਲ ਤੋਂ ਉੱਤੇ ਹੈ 3 ਸਾਲ ਦੇ ਕਰੀਬ-ਕਰੀਬ ਤੇ ਇਹਦਾ ਬੱਚਾ ਪੁੱਛਾ ਹੈ ਨਹੀਂ ਕੋਈ ਬੱਚਾ ਹੈ ਜੀ ਛੋਟਾ ਬਛੜਾ ਉਹ ਦੇਖੋ ਠੀਕ ਹੋ ਗਿਆ ਅੱਛਾ ਤੇ ਦੁੱਧ ਕਿੰਨਾ ਦੇ ਰਹੀ ਹੈ ਇੱਕ ਟਾਈਮ ਦਾ ਇਹ ਇਹ ਦੁੱਧ ਸਾਰੇ ਪਹਿਲੇ ਸਟਾਰਟ ਦੇ ਵਿੱਚ ਤਾਂ ਮਾਸ਼ਾਅੱਲਾ ਕੋਈ 4 ਕਿਲੋ 4.5 ਕਿਲੋ ਇੱਕ ਟਾਈਮ ਦਾ ਸੀਗਾ ਲੇਕਿਨ ਹੁਣ ਇਹਦਾ ਦੁੱਧ ਘਟ ਗਿਆ ਥੋੜਾ ਜਿਹਾ ਕਿਉਂਕਿ ਇਹਨੂੰ ਕੋਈ 6 ਮਹੀਨੇ ਸੁਈ ਨਹੀਂ ਹੋ ਗਿਆ ਅੱਗੋਂ ਵੀ ਮਾਸ਼ਾਅੱਲਾ ਸੋਣਿਆ ਵਾਲੀ ਹੈ ਸਹੀ ਸਹੀ ਪ੍ਰੈਗਨੈਂਸੀ ਚ ਹਾਂਜੀ ਪ੍ਰੈਗਨੈਂਸੀ ਸਹੀ ਹੋ ਗਿਆ ਤੇ ਉਹ ਜਿਹੜੇ ਬੱਚੇ ਆਪਣੇ ਆ ਕੱਟੇ ਨੇ ਇਹ ਕਿਨੇ ਕਿਨੇ ਦੇ ਲੈਣ ਹੋ ਤੁਸੀਂ ਇੱਕਠੇ ਸਰ ਸਾਰੇ 40 ਤੋਂ 45 ਦੇ ਵਿੱਚ ਜਾਂ ਕੋਈ 40 ਹੈ ਕੋਈ 40 ਹੈ ਕੋਈ ਬੰਦਾ ਹੈ ਮਾਸ਼ਾਅੱਲਾ ਸੋਹਣੇ ਨੇ ਇਕੱਠੇ ਸਾਫ਼ ਸੁਥਰੇ ਨੇ ਤੁਹਾਡੇ ਤੇ ਤੁਸੀਂ ਕੋ ਮਲਾਜ਼ਮ ਵਗੈਰਾ ਰੱਖਿਆ ਜਾਂ ਆਪ ਹੀ ਮੈਨੇਜ ਕਰ ਰਹੇ ਸਰ ਮਲਾਜ਼ਮ ਰੱਖਿਆ ਸੀ ਮਲਾਜ਼ਮਾਂ ਤੇ ਬਸ ਨਹੀਂ ਛੱਡਿਆ ਜਾਂਦਾ ਕੁਝ ਮਲਾਜ਼ਮ ਨੇ 1 ਮਹੀਨਾ ਹੀ ਕੱਢਿਆ ਤੇ ਉਹ ਨੱਠ ਗਿਆ ਅੱਗੋਂ ਫਿਰ ਦੂਸਰਾ ਆਇਆ ਉਹ ਵੀ ਥੋੜਾ ਬਹੁਤ ਤਰਸਾ ਹੀ ਕੱਢਿਆ ਉਹ ਵੀ ਨੱਠ ਗਿਆ ਕੁਝ ਤਾਂ ਮੈਨੂੰ ਵੀ ਤਜਰਬਾ ਨਹੀਂ ਸੀ ਮਲਾਜ਼ਮ ਨੂੰ ਰੱਖਣ ਦਾ ਤੇ ਕੁਝ ਬੰਦਾ ਵੀ ਨਵਾਂ ਸੀ ਮੈਂ ਹੁਣ ਖੁਦ ਹੀ ਕਰ ਰਹੇ ਹਾਂ ਸਾਰੇ ਟੋਟਲੀ ਕੰਮ ਕੁਝ ਜਾਨਵਰ ਮੇਰੇ ਕੰਮ ਹੈਗੇ ਇਨਸ਼ਾਅੱਲਾ ਆਇਂਦਾ ਤੋਂ ਅ ਫੇਰ ਮੈਂ ਬੰਦਾ ਇਨਸ਼ਾਅੱਲਾ ਨਾਲ ਕੋਈ ਪੱਕਾ ਰੱਖਾਂਗੇ ਤੇ ਤੁਸੀਂ ਸੈਲਜ ਦਾ ਕੋਈ ਨਾਲ ਹਸਾਬਕਤਾ ਬੁਲਾ ਲੈਣਾ ਸੀ ਉਹਦਾ ਨਾਲ ਜ਼ਰਾ ਆਸਾਨੀ ਹੋਏ ਨਹੀਂ ਕਿਉਂਕਿ ਪੱਠੇ ਡੇਲੀ ਵਰਨੇ ਨਹੀਂ ਪੈਂਦੇ ਲੇਕਿਨ ਸੈਲਜ ਦੇ ਨਾਲ ਵੀ ਥੋੜੇ ਥੋੜੇ ਪੱਠੇ ਪਾਣੇ ਪੈਂਦੇ ਆ ਕਿਉਂਕਿ ਸਬਜ਼ ਚਾਰੇ ਦਾ ਵਟਰਮੈਨ ਇਹ ਕਾਫੀ ਮਕਦਾਰ ਚ ਹੁੰਦਾ ਤੇ ਜ਼ਰੂਰੀ ਹੈ ਸਰ ਮੈਂ ਇਨਸ਼ਾਅੱਲਾ ਅਨਕਰੀਬ ਅਨਕਰੀਬ ਸੈਲਜ ਦਾ ਸਿਸਟਮ ਕਰਾਂਗਾ ਕੁਝ ਨਵਾਂ ਹੋਣ ਦੀ ਵਜ੍ਹਾ ਨਾਲ ਕੁਝ ਜਗ੍ਹਾ ਦੀਆਂ ਕਮੀਆਂ ਦੀ ਮਜਬੂਰੀ ਬਣ ਗਈ ਤੇ ਕੁਝ ਬੰਦਾ ਨਾ ਹੋਣ ਦੀ ਵਜ੍ਹਾ ਨਾਲ ਮਜਬੂਰੀ ਬਣ ਗਈ ਕੁਛ ਇਹੜਾ ਕੇ ਯਾਨੀ ਕਿ ਸਾਡੇ ਕੋਲ ਜ਼ਰਈ ਰਕਬਾ ਕਮ ਰੱਖਿਆ ਸੀ ਇਨਸ਼ਾਅੱਲਾ ਇਹਦਾ ਸਾਲ ਤੋਂ ਜ਼ਿਆਦਾ ਵੀ ਰੱਖਿਆ ਹੈ ਤੇ ਫਿਰ ਇਨਸ਼ਾਅੱਲਾ ਆਪਾਂ ਸੈਲਜ ਦਾ ਕੰਮ ਸ਼ੁਰੂ ਕਰਨਾ ਸੈਲਜ ਬਹੁਤ ਆਸਾਨੀ ਬਦਾ ਪੈਦਾ ਕਰਦਾ ਉਹਦੇ ਵਿੱਚ ਸਭ ਤੋਂ ਵੱਡੀ ਆਸਾਨੀ ਕਿ ਰੋਜ਼ ਪੱਠੇ ਵੜਨਾ ਰੋਜ਼ ਲਾਲਤ ਯਾਨੀ ਕਿ ਉਹ ਕਮ ਹੋ ਜਾਂਦੀ ਹੈ ਚਲੋ ਪੈ ਚੁੱਕੇ ਪਾ ਦਿੱਤੇ ਸਭ ਵਿਚਾਰਾ ਹਫਤੇ 'ਚ ਦੋ ਦਿਨ ਉਹ ਪਾ ਦਿੱਤਾ ਬਾਕੀ ਕੋਈ 6-7 ਦਿਨ ਉਹ ਦੂਸਰਾ ਪਾ ਦਿੱਤਾ ਇਸ ਤਰ੍ਹਾਂ ਚੱਲਾਂਗੇ ਇਨਸ਼ਾਅੱਲਾ ਸਹੀ ਜ਼ਬਰਦਸਤ ਯਾਨੀ ਕਿ ਤੁਸੀਂ ਹੁਣ ਇਹ ਸਮਝਿਓ ਕਿ ਬਿਹਤਰੀਨ ਡੇਰੀ ਦਾ ਕੰਮ ਜਾਂ ਕੈਟਲ ਦਾ ਕੰਮ ਜਿਹੜਾ ਵਛਿਆਂ ਕਟਿਆਂ ਦਾ ਜਾਂ ਦੁੱਧ ਦਾ ਹੋ ਗਿਆ ਜਾਂ ਬੱਕਰੀ ਦਾ ਹੋ ਗਿਆ ਯਾਨੀ ਕਿ ਅੱਛੇ ਕਰੋ ਨਜ਼ਰ ਨਾਲ ਦੇਖ ਰਹੇ ਕੋਬ ਨੂੰ ਬਾਜੀ ਮੈਂ ਤੇ ਕਹਾਂਗੇ ਜਿਹੜਾ ਬੰਦਾ ਸ਼ੌਕ ਨਾਲ ਕੰਮ ਕੋਈ ਵੀ ਕੀਤਾ ਜਾਵੇ ਭਾਵੇਂ ਜਾਨਵਰਾਂ ਦਾ ਡੇਰੀ ਦਾ ਤੇ ਭਾਵੇਂ ਕੋਈ ਦੂਸਰਾ ਉਹ ਉਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਫਿਟ ਵੀ ਆਂਦਾ ਔਰ ਅੱਲਾਹ ਖੈਰ ਸੋਖ ਰੱਖੇ ਉਹ ਬੰਦਾ ਦਿਲਚਸਪੀ ਨਾਲ ਕੰਮ ਵੀ ਅੱਛੇ ਤਰੀਕੇ ਨਾਲ ਕਰਦਾ ਜਿਹੜਾ ਬੰਦਾ ਮਜਬੂਰੀ ਨਾਲ ਕਰੇ ਉਹਦੇ ਵਿੱਚ ਕੁਝ ਨਹੀਂ ਇਹ ਕਿ ਸ਼ੌਕ ਨਾਲ ਹੀ ਕਰਨ ਵਾਲਾ ਬੰਦਾ ਕਿੰਨੂ ਕਰੇ ਬਿਹਤਰ ਸੌਦੀਆ ਦੇ ਵਿੱਚ ਜਿਹੜੇ ਦੂਸਰੇ ਤੁਹਾਡੇ ਯਾਰ ਦੋਸਤ ਬੈਠੇ ਨੇ ਕੀ ਮ ਸਰ ਅਸੀਂ ਤਾਂ ਇਹ ਹੀ ਕਹਾਂਗੇ ਕਿ ਪਾਕਿਸਤਾਨ ਦੇ ਵਿੱਚ ਕੁਝ ਵੀ ਆ ਕੇ ਕੀਤਾ ਜਾਵੇ ਰੋਜ਼ੀ ਅਲਹਮਦੁਲਿਲਾਹ ਲਾਹ ਪਾਕ ਦਿੰਦੇ ਆ ਲੇਕਿਨ ਆਪਣੇ ਏਰੀਆ ਦੇ ਹਿਸਾਬ ਨਾਲ ਕੀਤਾ ਜਾਵੇ ਅਗਰ ਕੋਈ ਵੱਡਾ ਸ਼ਹਿਰ ਹੈ ਲਾਹੌਰ ਕਰਾਚੀ ਜਾਂ اسلامਾਬਾਦ ਵਗੈਰਾ ਉਨ ਉਥੇ ਕਾਰੋਬਰ ਵੀ ਕੀਤਾ ਜਾਵੇ ਕੋਈ ਮਸਲਾ ਨਹੀਂ ਲੇਕਿਨ ਕੋਈ ਛੋਟਾ ਸ਼ਹਿਰ ਹੈ ਜ ਰਈ ਏਰੀਆ ਤੋਂ ਦੇ ਵਿੱਚ ਭਾਵੇਂ ਜ਼ਰਾਤ ਦੇ ਕਿਸਮ ਨਾਲ ਅਟੈਚ ਹੋ ਜੇ ਤੇ ਭਾਵੇਂ ਜਾਨਵਰਾਂ ਦਾ ਡੇਰੀ ਦਾ ਕੰਮ ਕੀਤਾ ਜਾਵੇ ਹਾਂਜੀ ਬਿਲਕੁਲ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਹਜੇ ਇਸ ਟਾਈਮ ਵੀ ਪਾਕਿਸਤਾਨ ਦੇ ਵਿੱਚ ਦੁੱਧ ਦੀ ਬੜੀ ਕਿੱਲਤ ਆ ਹਾਂਜੀ ਔਰ ਦੁੱਧ ਤੋਂ ਇਲਾਵਾ ਗੋਸ਼ਤ ਦੀ ਵੀ ਕਿੱਲਤਾ ਬਹੁਤ ਜ਼ਿਆਦਾ ਹਾਂਜੀ ਹਾਂ ਬੱਕਰੇ ਦਾ ਗੋਸ਼ਤ 800 ਰੁਪਏ ਕਿਲੋ ਵਾ ਔਰ ਕੱਟੇ ਦਾ ਗੋਸ਼ਤ ਜਿਹੜਾ ਤਕਰੀਬਨ 350-400 ਰੁਪਏ ਕਿਲੋ ਵਾ ਦੁੱਧ ਦੀ ਵੀ ਬੜੀ ਇੰਤਹੀ ਜ਼ਿਆਦਾ ਕਿੱਲਤਾ ਹੈ ਕਿ ਸਾਨੂੰ ਖਲਸ ਦੁੱਧ ਨਹੀਂ ਮਿਲਦਾ ਹਾਂਜੀ ਬਿਲਕੁਲ ਜੀ ਅਲਹਮਦੁਲਿਲਾ ਮੈਂ ਸਟਾਰਟ ਦੇ ਵਿੱਚ ਹੀ ਹੁਣ ਦੁੱਧ ਦੀ ਕਿੱਲਦੀ ਵਜ੍ਹਾ ਨਾਲ ਇੱਥੇ ਅਲਹਮਦੁਲਿਲਾ ਯਾਨੀ ਕਿ ਮੇਰਾ 60 ਰੁਪਏ ਦੇ ਹਿਸਾਬ ਨਾਲ ਦੁੱਧ ਚੱਲ ਰਿਹਾ ਤੇ ਅਸੀਂ ਖੁਦ ਵੀ ਘਰ ਹੈ ਪਹਿਲਾਂ ਨਹੀਂ ਸੀ ਨਾ ਪਿੰਦੇ ਯਾਨੀ ਕਿ ਹੁਣ ਖੁੱਲਾ ਦੁੱਧ ਅਲਹਮਦੁਲਿਲਾ ਚੱਲ ਦੁੱਧ ਮੈਂ ਇਹ ਕਿਲੋ 1.5 ਕਿਲੋ ਫਿਲਹਾਲ ਹਲੇ ਨਹੀਂ ਨਾ ਕਿਉਂਕਿ ਮੇਰੇ ਕੋਲ ਇੱਕ ਹੀ ਜਾਨਵਰ ਆ ਦੁੱਧ ਵਾਲਾ ਬਾਕੀ ਸਾਰੇ ਕੱਟੇ ਬੱਚੇ ਹੀ ਆ ਇਹ ਸਿਰਫ ਆਪਣੇ ਇਸਤੇਮਾਲ ਲਈ ਰੱਖਿਆ ਆਪਣੇ ਘਰ ਵਾਸਤੇ ਠੀਕ ਹੋ ਗਿਆ ਰਸ਼ਿਦ ਸਾਹਿਬ ਬਹੁਤ ਮਿਹਰਬਾਨੀ ਸ਼ੁਕਰੀਆ ਓਕੇ ਸਰ ਸ਼ੁਕਰੀਆ ਸਰ ਅੱਲਾ ਹਫਿਜ਼